ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਅਸਲਾਮ ਅਲੈਕਮ ਦੋਸਤੋ ਮੈਂ ਰਾਣਾ ਖਾਲਦ ਮਕਬੂਲ ਔਰ ਤੁਸੀਂ ਦੇਖ ਰਹੇ ਹੋ ਮੇਰਾ YouTube ਚੈਨਲ ਆਰ ਕੇ ਐਮ ਅਗਰੇਰੀਅਨ ਦੋਸਤੋ ਪਹਿਲੇ ਵੀ ਜਿਹੜਾ ਫਾਲ ਆਰਮੀ ਵਰਮ ਵਾਸਤੇ ਆ ਨਾ ਦਾਣੇਦਾਰ ਬਣਾਉਣ ਦਾ ਤਰੀਕਾ ਮੈਂ ਪਹਿਲੇ ਵੀ ਆਪਣੇ YouTube ਤੇ ਚੈਨਲ ਤੇ ਅਪਲੋਡ ਕਰ ਚੁੱਕਿਆ ਲੇਕਿਨ ਕੁਝ ਦੋਸਤ ਫੇਰ ਵੀ Facebook ਤੇ ਮੈਂ ਦੇਖਦਾ ਕਿ ਅਕਸਰ ਗਰੁੱਪਾਂ ਦੇ ਵਿੱਚ ਪੁੱਛਦੇ ਰਹਿੰਦੇ ਆ ਕਿ ਇਹਦਾ ਤਰੀਕਾ ਕੀ ਆ ਬਣਾਣੀ ਕਿਸ ਤਰ੍ਹਾਂ ਮਿਕਦਾਰ ਕਿਸ ਤਰ੍ਹਾਂ ਇਸ ਵਾਸਤੇ ਮੈਂ ਅੱਜ ਸੋਚਿਆ ਮੈਂ ਮੱਕੀ ਨੂੰ ਜਿਹੜਾ ਦਾਣੇਦਾਰ ਇਸ ਟਾਈਮ ਪਾਣੀ ਸੀਗੀ ਫਾਲ ਆਰਮੀ ਵਰਮ ਵਾਸਤੇ ਮੈਂ ਕਿ ਚਲੋ ਤਿਆਰ ਕਰਨੀ ਆ ਤੇ ਦੋਸਤਾਂ ਨੂੰ ਵੀ ਜਿਹੜਾ ਕਿ ਇਹਦਾ ਤਰੀਕਾ ਦੱਸ ਦਿੱਤਾ ਜਾਵੇ ਦੋਸਤੋ ਆਇਆ ਜੀਰੋ ਸਾਈਜ਼ ਜਿਹੜੀ ਆ ਨਾ ਇਹ ਦੇਖੋ ਇਹ ਬਜਰੀ ਹੈਗੀ ਆ ਬਿਲਕੁਲ ਜੀਰੋ ਸਾਈਜ਼ ਇਹ ਤੁਹਾਨੂੰ ਇਹ ਮਿਲ ਜੇਗੀ ਆਮ ਜਿਹੜਾ ਲੋਕ ਇਸ ਟਾਈਮ ਦੁਕਾਨਾਂ ਤੇ ਜਿਹੜਾ ਨਾ ਇਹਨੂੰ ਸੇਲ ਵੀ ਕਰਦੇ ਆ ਇਹ ਤੁਹਾਨੂੰ ਆਮ ਜਿਹੜਾ ਅਵੇਲੇਬਲ ਆ ਸਭ ਤੋਂ ਪਹਿਲਾਂ ਇਹਦੇ ਵਾਸਤੇ ਕਰਨਾ ਕੀ ਆ ਦੋਸਤੋ 1000 ਡੀਜ਼ਲ ਇਹਨੂੰ ਤੁਸੀਂ ਇਹ ਤਕਰੀਬਨ ਹੈਗੀ ਹੈ 17 ਕਿਲੋ ਬਜਰੀ ਆ ਇਹ ਇਹ 2 ਏਕੜਾਂ ਵਾਸਤੇ ਇਸਤੇਮਾਲ ਹੋਏਗੀ ਔਰ ਇਹ ਹੈਗਾ ਇਹ ਡੀਜ਼ਲ ਇਹ ਦੇਖੋ ਇਹਨੂੰ ਡੀਜ਼ਲ ਜਿਹੜਾ ਨਾ ਜੀ 400 ਐਮਐਲ 2 ਏਕੜਾਂ ਵਾਸਤੇ ਨਾ ਇਹਨੂੰ ਡੀਜ਼ਲ ਲਗਾਣਾ ਦੋਸਤੋ ਇਹ ਡੀਜ਼ਲ ਦਾ ਫਾਇਦਾ ਪਹਿਲੇ ਤੁਸੀਂ ਦੇਖਿਆ ਹੋਣਾ ਕਿ ਲੋਕ ਅਕਸਰ ਮੱਕੀਆਂ ਨਾਲ ਉਹਨਾਂ ਡੀਜ਼ਲ ਔਰ ਮਿੱਟੀ ਦਾ ਤੇਲ ਵਗੈਰਾ ਜਿਹੜਾ ਨਾ ਫਲੱਡ ਵੀ ਕਰਦੇ ਹੁੰਦੇ ਸੀ ਇਹ ਫਾਲ ਆਰਮੀ ਵਰਸ ਵਾਸਤੇ ਡੀਜ਼ਲ ਦਾ ਇਸਤੇਮਾਲ ਇਸ ਵਾਸਤੇ ਇਸ ਵਾਸਤੇ ਕਰਦੇ ਆ ਕਿ ਇਹਦੇ ਚ ਥੋੜੀ ਚਿਕਨਾਈ ਹੁੰਦੀ ਆ ਜਿਸ ਟਾਈਮ ਇਹਦੇ ਉੱਤੇ ਉਸ ਪੈਂਦੀ ਆ ਨਾ ਜੀ ਤੇ ਇਹ ਫੈਲ ਜਾਂਦਾ ਤੇ ਜ਼ਹਿਰ ਉਹ ਗੋਭ ਦੇ ਵਿੱਚ ਜਿੰਨਾ ਜ਼ਿਆਦਾ ਫੈਲ ਲੇ ਉਤਨਾ ਅੱਛਾ ਦੇ ਵਾਸਤੇ ਜਿਹੜਾ ਰਿਜ਼ਲਟ ਦੇਗਾ ਵੈਸੇ ਤਾਂ ਤੁਸੀਂ ਦਸਤਾਨੇ ਵਗੈਰਾ ਆਮ ਬਾਜ਼ਾਰ ਤੋਂ ਮਿਲ ਜਾਂਦੇ ਆ ਲੇਕਿਨ ਮੈਂ ਦੇਸੀ ਜਗਾੜਾ ਛਾਪਰ ਹੱਤੇ ਚੜਾਇਆ ਆ ਇਹਦੇ ਨਾਲ ਹੀ ਮੈਂ ਨੂੰ ਇਸ ਤਰ੍ਹਾਂ ਜਿਹੜਾ ਨਾ ਜੀ ਆਸਤਾ ਆਸਤਾ 16 ਕਿਲੋ ਜਿਹੜੀ ਇਹ ਬਜਰੀ ਆ ਨਾ ਜੀ ਬਰੀਕ ਜ਼ੀਰੋ ਸਾਈਜ਼ ਦੀ ਇਹ 2 ਏਕੜਾਂ ਵਾਸਤੇ ਕਾਫੀ ਹੈ ਇਹ ਦੇਖ ਲਓ ਜਿਸ ਤਰ੍ਹਾਂ ਜਿਸ ਤਰ੍ਹਾਂ ਮੈਂ ਇਹਨੂੰ ਲਾ ਰਿਹਾ ਹਾਂ ਉਸ ਤਰ੍ਹਾਂ ਉਸ ਤਰ੍ਹਾਂ ਹੀ ਇਹਦੀ ਰੰਗਤ ਚੇਂਜ ਹੁੰਦੀ ਜਾ ਰਹੀ ਹੈ ਔਰ ਹਰ ਜਿਹੜਾ ਨਾ ਬਜਰੀ ਦਾ ਜਿਹੜਾ ਛੋਟਾ ਜਿਹਾ ਜ਼ਰਰਾ ਨਾ ਉਹਨੂੰ ਵੀ ਇਹ ਲਾ ਰਿਹਾ ਹਾਂ ਦੋਸਤੋ ਇੱਕ ਕੰਮ ਕੀਮਤ ਜਿਹੜਾ ਨਾ ਫਾਰਮੂਲਾ ਆ ਔਰ ਖਰਚਾ ਇਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਨਾ ਜੀ ਘੱਟ ਹੈਗਾ ਇਸ ਟਾਈਮ ਮਾਰਕੀਟ ਦੇ ਵਿੱਚ 250 ਰੁਪਏ ਦੀ ਇਹ ਜਿਹੜੀ ਹੈ ਨਾ ਜੀ 2 ਏਕੜਾਂ ਦੀ ਬਜਰੀ ਯਾਨੀ ਕਿ 100 ਤੇ 25 ਰੁਪਏ ਦੀ 1 ਏਕੜ ਦੀ ਬਜਰੀ ਇਹ ਬਣਦੀ ਆ ਤੇ ਵੈਸੇ ਮਹਿੰਗਾਈ ਦੇ ਹਿਸਾਬ ਨਾਲ ਤੁਸੀਂ ਦੇਖ ਲਓ ਕਿ ਦਾਣੇਦਾਰਾਂ ਦੇ ਜਿਹੜੇ ਰੇਟ ਆ ਕੀਮਤਾਂ ਕਿੱਥੇ ਪਹੁੰਚ ਚੁੱਕੀਆਂ ਆ ਆ ਦੇਖ ਲਓ ਸਾਰੇ ਨੂੰ ਜੀ ਲੱਗ ਚੁੱਕਿਆ ਡੀਜ਼ਲ ਲਗਾਣੇ ਤੋਂ ਬਾਅਦ ਨਾ ਜੀ ਤੁਸੀਂ ਤੁਸੀਂ ਐਮ ਐਮ ਐਕਟਨ ਤੇ ਲਿਫ ਨੂਰਾਨ ਵੀ ਇਸਤੇਮਾਲ ਕਰ ਸਕਦੇ ਆ ਲੇਕਿਨ ਇਹ ਮੈਂ ਇਹ ਪੇਸਟ ਹੈਗਾ ਸੈਗਾ ਪੇਸਟ ਯਾਨੀ ਕਿ ਇਹ ਮਿਕਸਚਰ ਹੈਗਾ ਜਨਾਬ ਲੀਫੀਨੋਰਨ ਤੇ ਐਮ ਐਮ ਐਕਟਨ ਦਾ ਤੁਸੀਂ ਲੈਦਾ ਲੈਦਾ ਵੀ ਇਸਤੇਮਾਲ ਕਰ ਸਕਦੇ ਆ ਇਹ ਜਿਹੜਾ ਨਾ ਜੀ ਇਹ 100 ਐਮ ਐਲ ਜਿਹੜਾ ਨਾ 1 ਏਕੜ ਵਾਸਤੇ ਐਮ ਐਮ ਐਕਟਨ ਤੇ 100 ਐਮ ਐਲ ਇਹ 1 ਏਕੜ ਵਾਸਤੇ ਲੀਫੀਨੋਰਨ ਇਸਤੇਮਾਲ ਕਰਨੀ ਹੈ ਆਪਾਂ ਇਹ ਲਾਵਾਂਗੇ ਨੂੰ ਇਹ 2 ਏਕੜਾਂ ਦੀ ਹੈ ਇਹਨੂੰ ਆਪਾਂ ਲਾਵਾਂਗੇ ਜੀ 400 ਐਮਐਲ ਸਾ ਦੋਸਤੋ ਇਹ ਐ ਐਮ ਐਮ ਐਕਟਨ ਤੇ ਲਿਫ ਵੀ ਨੋਰਾਨ ਵੀ ਇਹਨੂੰ ਜਿਹੜਾ ਲੱਗ ਗਿਆ ਔਰ ਦੋਸਤੋ ਇਹ ਹੈਗਾ ਅਮਾਇਨੋ ਐਸਿਡ ਇਹ ਤੁਸੀਂ ਟਿਕਾ ਮੈਨ ਮੈਕਸ জাফর ਦਾ ਵੀ ਇਸਤੇਮਾਲ ਕਰ ਸਕਦੇ ਆ ਸੀ ਮੈਕਸ ਇਸਤੇਮਾਲ ਕਰ ਸਕਦੇ ਆ ਤੁਸੀਂ ਸਵਾਤ ਇਹ ਗੁਰੂ ਦਾ ਮੈਂ ਜਿਹੜਾ ਇਹ ਆ ਇਹ ਐਜਸ ਲੈਂਦਾ ਜੀ ਇਹ ਹੈਗਾ ਸੰਕਰਾਪ ਦਾ ਇਹ ਵੀ ਤੁਸੀਂ 200 ਐਮ ਐਲ ਫੀ ਏਕੜ ਜਿਹੜਾ ਨਾ ਜੀ ਉਹ ਇਸਤੇਮਾਲ ਕਰਨਾ ਹਵਾ ਚੱਲ ਰਹੀ ਹੈ ਜੀ ਲੋ ਜੀ ਦੋਸਤੋ ਜਿਹੜਾ ਅਮਾਇਨੋ ਐਸਿਡ ਆ ਨਾ ਯਕੀਨ ਕਰੋ ਇਹਦੇ ਬਹੁਤ ਜ਼ਿਆਦਾ ਫਾਇਦੇ ਆ ਇਹਦਾ ਸਭ ਤੋਂ بڑا ਫਾਇਦਾ ਇਹ ਆ ਕਿ ਤੁਸੀਂ ਗੋ ਬਚੇ ਚੱਲ ਜਾਂਦਾ ਆ ਬੜੋਤਰੀ ਵਾਸਤੇ ਬਹੁਤ ਅੱਛਾ ਪੋਲੀਨੇਸ਼ਨ ਵਾਸਤੇ ਬਹੁਤ ਅੱਛਾ ਔਰ ਤੁਸੀਂ ਇਹਦੇ ਇਸਤੇਮਾਲ ਤੋਂ ਬਾਅਦ ਮੱਕੀ ਦਾ ਰੰਗ ਚੈੱਕ ਕਰਿਓ ਤੁਸੀਂ ਕਾਲਾ ਸਿਆਹ ਜਿਹੜਾ ਰੰਗ ਆ ਨਾ ਉਹ ਮੱਕੀ ਦਾ ਹੋ ਜਾਏਗਾ ਔਰ ਤੁਹਾਡੇ ਦਿਲ ਨੂੰ ਮੱਕੀ ਲੱਗੇਗੀ ਤੁਸੀਂ ਇਹਨੂੰ ਇਹ ਜਦੋਂ ਇਸਤੇਮਾਲ ਕਰੋਗੇ ਇਹ ਜਦੋਂ ਦਾਣੇਦਾਰ ਤੇ ਮਜ਼ਦੂਰੀ ਵੀ ਦੇਣੀ ਹੈ ਇਹਦੀ ਸਾਰਾ ਕੁਝ ਕਰਨਾ ਲੇਕਿਨ ਮੈਨੂੰ ਇਸੜਾ ਜਿਹੜਾ ਇਹਦੇ ਚ ਇਹਦੇ ਚ ਸੋਡੀਅਮ ਵੀ ਹੁੰਦਾ ਨਾਈਟ੍ਰੋਜਨ ਵੀ ਹੁੰਦੀ ਹੈ ਤੇ ਇਹ ਜਿਹੜਾ ਇਹ ਬਾਇਓ ਸਪਲੀਮੈਂਟ ਆ ਬਹੁਤ ਅੱਛਾ ਪ੍ਰੋਡਕਟ ਆ ਔਰ ਇਹ ਲਗਾਉਣਾ ਚਾਹੀਦਾ ਤੁਸੀਂ ਇਹ ਲਗਾਉਣ ਤੋਂ ਬਾਅਦ ਤੁਸੀਂ ਫਸਲ ਦੀ ਹਾਲਤ ਦੇਖਿਓ ਚਾਰ ਪੰਜ ਦਿਨਾਂ ਬਾਅਦ ਤੁਹਾਨੂੰ ਖੁਦ ਬਖੁਦ ਪਤਾ ਲੱਗੇਗਾ ਔਰ ਉਸ ਤੋਂ ਬਾਅਦ ਜਦੋਂ ਪੌਦਾ ਪੋਲੀਨੇਸ਼ਨ ਤੇ ਜਾਂਦਾ ਨਾ ਜੀ ਬਹੁਤ ਅੱਛੀ ਪੋਲੀਨੇਸ਼ਨ ਇਹ ਕਰੰਦਾ ਇਹਨੂੰ ਤਾਂ 2-3 ਵਾਰ ਤੁਸੀਂ ਇਹਦਾ ਸਪਰੇ ਵੀ ਕਰਨਾ ਚਾਹੀਦਾ ਉਸ ਤੋਂ ਬਾਅਦ ਇਹ ਸਾਰ ਇਹ ਪਾ ਕੇ ਨਾ ਜੀ ਇਹਨੂੰ ਜਿਸ ਤਰ੍ਹਾਂ ਪਹਿਲੇ ਮਿਕਸ ਕੀਤੀ ਆ ਉਸ ਤਰ੍ਹਾਂ ਹੀ ਇਹ ਮਿਕਸ ਕਰ ਦੇਣੀ ਆ ਦੋਸਤੋ ਆਪਾਂ ਅੱਛਾ ਜੀ ਇਹਨੂੰ ਮਿਕਸ ਕਰਨ ਤੋਂ ਬਾਅਦ ਨਾ ਅੱਛੀ ਤਰ੍ਹਾਂ ਇਸ ਤਰ੍ਹਾਂ ਫਲਾ ਦੇਣਾ ਹੈ ਇਹਨੂੰ ਸੁੱਕਣ ਵਾਸਤੇ ਕਿ ਅੱਛੀ ਤਰ੍ਹਾਂ ਸੁੱਕ ਜਾਏ ਤੇ ਜਿਸ ਵਕਤ ਇਹ ਸੁੱਕ ਜਾਏ ਉਸ ਤੋਂ ਬਾਅਦ ਇਹਨੂੰ ਇਸਤੇਮਾਲ ਕਰੋ ਦੋਸਤੋ ਇਹਦੇ ਵਿੱਚ ਲੀਫ ਨੋਰਾਂਟ ਐਮ ਐਮ ਐਕਟਨ ਇਸ ਵਾਸਤੇ ਇਸਤੇਮਾਲ ਕਰਦੇ ਆ ਕਿਉਂਕਿ ਜਿਹੜੀ ਇਹ ਸੁੰਡੀ ਆ ਨਾ ਫਾਲ ਆਰਮੀ ਬਰਮ ਇਹ ਅਮਰੀਕਨ ਤੇ ਲਸ਼ਕਰੀ ਦਾ ਕਰਾਸ ਆ ਇਸ ਵਾਸਤੇ ਇਹਦੇ ਵਾਸਤੇ ਜਿਹੜੀ ਸਭ ਤੋਂ ਅੱਛੀ ਦਵਾਈ ਹੈ ਨਾ ਉਹ ਹੈਗੀ ਲੀਫ ਨੋਰਾਂਟ ਐਮ ਐਮ ਐਕਟਨ ਦੋਸਤੋ ਅਗਰ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਵੇ ਤਾਂ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰਿਓ ਤੇ ਸ਼ੇਅਰ ਕਰਿਓ ਦੋਸਤਾਂ ਪਰਵਾਹਾਂ ਦੀ ਬੜੀ ਮਿਹਰਬਾਨੀ ਅਸਲਾਮੁਅਲਾਈਕਮ